घट 20 बंदे जिहड़े बाबा गिरी का मुंडा जिहड़ी लेडी बोलदी समझो उहदा मुंडा उहदा जेठ सारे जाने करपंच करबाना फड़िया हुई ने उहदियां फोटोआं ने मूवियां ने जो मैं मीडिया नूं दे चुका पुलिस नूं दे चुका वा पर उन्होंने परचे का जरूर 317 हो गया पर उन्होंने कोई कार्रवाई नहीं हुण तक कीती पुलिस ने पीड़ितां नूं इंसाफ नहीं मिले हैगा ਜਿਹਦੇ ਵਿੱਚ ਸਿੱਧੇ ਸਿੱਧੇ ਇਹ ਲੱਗਦਾ ਕਿ ਪੁਲਿਸ ਦੀ ਕਿਤੇ ਨਾ ਕਿਤੇ ਮਿਲੀ ਭੁਗਤ ਹੈਗੀ ਬਾਬਾ ਕਸ਼ਮੀਰੀ ਜੀ ਨਾਲ। ਮੇਰੇ ਬੇਟੇ ਦਾ ਕਤਲ ਕਰਨ ਦੀ ਸਿੱਧੀ ਲਿਖੀ ਪਈ ਆ ਆ ਦਰਖਾਸਤ ਦੇ ਉਹਨੇ ਇੰਨੇ ਕੇ ਗੰਦੇ ਬਿਆਨ ਦਿੱਤੇ ਆ ਲੇਕਿਨ ਉਹ ਵੀਡੀਓ ਵੀ ਸੁਣਾਈ ਗਈ ਰਿਕਾਰਡਿੰਗ ਵੀ ਸੁਣਾਈ ਗਈ ਕੋਈ ਕੰਨਾਂ ਤੇ ਜੂ ਨਹੀਂ ਕਿਉਂਕਿ ਦੂਸਰੇ ਪਾਸੇ ਲਿਖੀ ਪਈ ਆ। ਪਰਚੇ ਨਾ ਦਰਜ ਹੋਏ ਬੁੱਧਵਾਰ ਅਸੀਂ ਮਰਨ ਵਕਤ ਤੇ ਐਸਐਸਪੀ ਸਾਹਿਬ ਤੇ ਸਾਰੇ ਸ਼ਹਿਰ ਨੇ ਪਤਾ ਬਈ ਅੱਜ ਤੋਂ 5-6 ਮਹੀਨੇ ਪਹਿਲਾਂ ਬਾਬਾ ਗਿਰੀ ਤੇ ਬਾਬਾ ਗਿਰੀ ਦੇ ਬੇਟਿਆਂ ਨੇ ਤੇ ਉਹਦੇ ਕੁਝ ਸਾਥੀਆਂ ਨੇ ਮੇਰੇ ਬੇਟੇ ਦੇ ਜਾਨਲੇਵਾ ਹਮਲਾ ਕੀਤਾ ਸੀ ਜਦਕਿ ਮੇਰਾ ਬੇਟਾ ਜਦੋਂ ਜਾਲ ਤੋਂ ਇੱਕ ਉੱਪਰੋਂ ਹੀ ਮੁੜ ਕੇ ਆਇਆ ਵਾ ਪੀ ਜੀ ਆਈ ਦੇ ਵਿੱਚੋਂ ਜਾਲ ਨਾਲ ਖੇਡਦਾ ਹੋਇਆ ਮੋਟਰ ਨਾਲ ਖੇਡਦੇ ਬਹੁਤ ਮੁਸ਼ਕਲ ਬਚਿਆ ਸੀਗਾ ਅਤੇ ਉਸ ਤੋਂ ਬਾਅਦ 6 ਮਹੀਨੇ ਹੋ ਗਏ ਨੇ ਅੱਜ ਤੱਕ ਪੁਲਿਸ ਨੇ ਨਾ ਹੁਣ ਤੱਕ ਮੁਜ਼ਰਮ ਫੜੇ ਨੇ ਨਾ ਕਿਸੇ ਮੇਤੇ ਪੋਲੀਟੀਕਲ ਦਬਾਅ ਪਾਇਆ ਜਾਂਦਾ ਕਦੀ ਬਾਬਾ ਕਦੀ ਸ਼ਿਵਸਾੜਾ ਵਾਲੇ ਭਲਾਨਾ ਤੋਂ ਫੋਨ ਕਰਾਉਂਦਾ ਕਦੀ ਮੈਨੂੰ ਅਪਸਾਈਡ ਕਰਾਉਂਦਾ ਕਦੀ ਧਮਕੀਆਂ ਦਵਾਉਂਦਾ ਵਾ ਵੀ ਫੈਸਲਾ ਕਰ ਲੈ ਨਹੀਂ ਤਾਂ ਮੈਂ ਆਹ ਕਰ ਦੂੰਗਾ ਮੈਂ ਵਾਹ ਕਰ ਦੂੰਗਾ ਪਰ ਮੈਂ ਉਸ ਨੂੰ ਕਿਸੇ ਵੀ ਫੈਸਲੇ ਦੇਣ ਤੱਕ ਮੈਂ ਕਿਹਾ ਮੈਂ ਕਿਸੇ ਵੀ ਕੀਮਤ 'ਤੇ ਫੈਸਲਾ ਨਹੀਂ ਕਰਨਾ। ਅੱਜ ਜਦਕਿ 3 ਮਹੀਨੇ ਦਾ ਇਹ ਝਗੜਾ ਹੋਇਆ ਹੋਇਆ ਮੇਰੇ ਬੇਟੇ ਦੇ ਕਾਤਲ ਨਾਲ ਹਮਲਾ ਹੋਇਆ 6 ਮਹੀਨੇ ਹੋ ਗਏ ਨੇ ਅੱਜ 10ਵਾਂ ਮਹੀਨਾ ਚੱਲ ਰਿਹਾ ਹੁਣ ਤੱਕ ਪੁਲਿਸ ਨੇ ਕੋਈ ਮੁਜ਼ਰਮ ਨਹੀਂ ਫੜਿਆ ਨਾ ਕਿਸੇ ਘਰ 'ਚ ਰੇਟ ਮਾਰੀ ਆ ਨਾ ਕੋਈ ਕਾਰਵਾਈ ਕੀਤੀ ਆ ਇੱਕ ਪਰਚਾ ਪਾ ਕੇ ਬਸ ਉਸ ਤੋਂ ਬਾਅਦ ਸਾਰੀ ਪੁਲਿਸ ਕੁੰਭਕਰਨ ਦੀ ਨਹੀਂ ਸੁੱਤੀ ਪਈ ਆ ਜਦਕਿ ਉਲਟਾ ਬਾਬਾ ਪ੍ਰੈਸ ਕਾਨਫਰੰਸਾਂ ਕਰਕੇ ਉਲਟਾ ਮੈਨੂੰ ਧਮਕੀਆਂ ਦੇ ਰਿਹਾ ਅਤੇ ਪੁਲਿਸ ਨੂੰ ਡਰ ਆਈ ਮੈਂ ਧਰਨੇ ਲਾ ਦੂੰਗਾ ਮੈਂ ਆਹ ਕਰ ਦੂੰਗਾ ਮੈਂ ਵਾਹ ਕਰ ਦੂੰਗਾ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਰੱਖਦਾ ਵੀ ਮੈਨੂੰ ਇਨਸਾਫ ਮਿਲਿਆ ਜਾਵੇ 6 ਮਹੀਨੇ ਹੋ ਗਏ 307 ਦਾ ਪਰਚਾ ਹੋਵੇ ਕਿਸੇ ਮੁਜ਼ਰਮ ਦੀ ਫੜਿਆ ਲੱਗਿਆ ਹੋਵੇ ਨਾ ਉਹਦੇ ਕੋਈ ਘੱਟ ਰੇਟ ਪਈ ਹੋਵੇ ਕਿਸੇ ਕਿਸਮ ਦਾ ਕੋਈ ਵੀ ਹੁਣ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਲਟਾ ਵੀ ਬਾਬਾ ਮੇਤੇ ਬਲੇਮ ਲਾਉਂਦਾ ਵੀ ਇਹਦਾ ਪੋਲੀਟੀਕਲ ਪ੍ਰੈਸ਼ਰ ਪੁਲਿਸ ਇਹਦੇ ਕਹੇ 'ਤੇ ਕੰਮ ਕਰਦੀ ਹੈ ਜਦਕਿ 6 ਮਹੀਨੇ ਹੋ ਗਏ ਕੋਈ ਆਮ ਬੰਦਾ ਵੀ ਹੋਊਗਾ ਉਹਦੇ ਕਹੇ 'ਤੇ ਵੀ ਇੰਨੀ ਕਾਰਵਾਈ ਹੋ ਜਾਂਦੀ ਹੈ ਮੇਰੇ ਤਾਂ ਮੈਂ ਇੱਕ ਜ਼ਿੰਮੇਵਾਰ ਬੰਦਾ ਮੁਲਾਜ਼ਮ ਆਦਮੀ ਆ ਠੀਕ ਹੈ ਮੇਰੇ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਹੈਗੀ ਉਲਟਾ ਬਾਬਾ ਮੈਨੂੰ ਸੈੱਟ ਕਰਦਾ ਇਸ ਪੁਆਇੰਟ 'ਤੇ ਪੁਲਿਸ ਨੂੰ ਡਰਾ ਧਮਕਾਉਣ ਦਾ ਕੋਈ ਆਰਟ ਦੇ ਨਾਲ ਜਿਵੇਂ ਉਹਨੇ ਭਾਈ ਇੱਕ ਮੂਵੀ ਜੀ ਲਈ ਉਹਦੀ ਲੇਡੀ ਆ ਉਹਨਾਂ ਨੂੰ ਉਹਨੇ ਮੂਹਰੇ ਕੀਤਾ ਹੋਇਆ ਕੱਲ੍ਹ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਜੀ ਉਹ ਮੂਵੀ ਵੀ ਮੇਰੇ ਬੇਟੇ ਬਾਰੇ ਵੀ ਉਹਦੇ ਅਪਸ਼ਬਦ ਬੋਲੇ ਨੇ ਮੈਂ ਕਹਿੰਦਾ ਜੀ ਅਪਸ਼ਬਦ ਬੋਲੇ ਅਪਸ਼ਬਦ ਬੋਲ ਅੱਬਲ ਦਾ ਬੋਲੇ ਜੇ ਬੋਲੇ ਉਹਦਾ ਕੰਮ ਮੇਰਾ ਬੇਟਾ ਇੰਨਾ ਪਾਗਲ ਦਾ ਜਿਹੜਾ ਅਪਸ਼ਬਦ ਬੋਲੂਗਾ ਅੱਜ ਤੋਂ ਉਹ 28 ਵਾਲੀ ਲੜਾਈ ਤੋਂ ਪਹਿਲਾਂ ਇੱਕ 2-2-6-3 ਨੂੰ ਇੱਕ ਲੜਾਈ ਹੋਈ ਸੀਗੀ ਜਿਹਦੇ ਵਿੱਚ ਜਿਹੜੀ ਲੇਡੀਜ਼ ਬੋਲਦੀ ਪਈ ਆ ਇਹਦੇ ਘਰ ਵਾਲੇ ਨੇ ਮੇਰੇ ਬੇਟੇ ਨੇ ਕਿਰਪਾਲ ਮਾਰੀ ਕਿਰਪਾਲ ਮਾਰੀ ਅਤੇ ਮੇਰਾ ਬੇਟਾ ਹਸਪਤਾਲ ਦੇ ਵਿੱਚ ਜੀ ਹਸਪਤਾਲ ਦੇ ਵਿੱਚ ਲਾਈਵ ਹੋ ਕੇ ਉਹਦੇ ਘਰ ਵਾਲੇ ਨੇ ਅਤੇ ਉਹਦੇ ਜੇਠ ਨੇ ਮੇਰੇ ਬੇਟੇ ਨੂੰ ਮੇਰੇ ਪਰਿਵਾਰ ਨੂੰ ਮੇਰੇ ਮਾਤਾ ਨੂੰ ਮੇਰੇ ਪਿਤਾ ਨੂੰ ਮੇਰੀ ਵਾਈਫ ਨੂੰ ਸਾਰਿਆਂ ਨੂੰ ਲਾਈਵ ਹੋ ਕੇ ਉਹਨੇ ਗਾਲਾਂ ਕੱਢੀਆਂ ਜਿਹੜਾ ਕਿ ਮੇਰੇ ਕੋਲ ਪ੍ਰੂਫ ਪਿਆ ਮੈਂ ਪੁਲਿਸ ਨੂੰ ਵੀ ਦਿੱਤਾ ਉਹ ਲੜਾਈ ਹੋਣ ਤੋਂ ਬਾਅਦ ਅਸੀਂ ਉਹ ਸਿਟੀ ਥਾਣੇ ਜਾਂਦੇ ਗਏ ਉਹ ਟਾਈਮ ਦੇ ਵਿੱਚ 6 ਤਰੀਕ ਉਹ 28 ਤਰੀਕ ਦੇ ਵਿੱਚ 4 ਥਾਣੇਦਾਰ ਬਦਲੇ ਗਏ ਸਿਟੀ 2 ਦੇ ਵਿੱਚੋਂ ਜੇ ਜਾਂਦੇ ਸੀ ਉਹ SHO ਵੱਲੇ ਹੋ ਜਾਂਦਾ SHO ਵੱਲੇ ਜਾਂਦਾ ਸੀ ਉਸ ਤੋਂ ਪੁੱਟਣ ਤੋਂ ਬਾਅਦ ਉਲਟਾ ਨਾਲ ਗਾਲਾਂ ਕੱਢੀਆਂ ਵਟਸਐਪ 'ਤੇ ਲਾਈਵ ਹੋ ਕੇ ਇੱਕ ਨੂੰ ਬੋਲਾ ਕੇ ਉਹ 'ਚ ਕੁਛ ਪੁਆਇੰਟ ਵਾਲੇ ਮੇਰਾ ਬੇਟਾ ਵੀ ਲਾਈਵ ਹੋਇਆ ਜਦੋਂ ਮੇਰੇ ਬੇਟੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਮੇਰਾ ਬੇਟਾ ਵੀ ਲਾਈਵ ਹੋ ਜਾਂਦਾ ਸੀ ਉਸ ਤੋਂ ਬਾਅਦ 28 ਤਰੀਕ ਨੂੰ ਇਹਨਾਂ ਨੇ ਜਿਹੜਾ ਸਾਰੇ ਸ਼ਹਿਰ ਨੇ ਦੇਖਿਆ ਮੇਰੇ ਕੋਲ ਮੂਵੀਆਂ ਸਬੂਤ ਸਾਰੇ ਮੀਡੀਆ ਕੋਲ ਪਈਆਂ ਹੋਣਗੀਆਂ ਮੈਂ ਸਾਰੀ ਕੱਲੀ ਕੱਲੀ ਪੁਲਿਸ ਨੂੰ ਵੀ ਦਿੱਤੀ ਹੋਈ ਆ ਮੂਵੀ ਘੱਟੋ ਘੱਟ 20 ਬੰਦੇ ਜਿਹੜੇ ਬਾਬਾ ਗਿਰੀ ਦਾ ਮੁੰਡਾ ਜਿਹੜੀ ਲੇਡੀਜ਼ ਬੋਲਦੀ ਸਮਝੋ ਉਹਦਾ ਮੁੰਡਾ ਉਹਦਾ ਜੇਠ ਸਾਰੇ ਜਾਣੇ ਕਿਰਪੰਚ ਕਿਰਪਾਨਾਂ ਫੜੀਆਂ ਹੋਈਆਂ ਨੇ ਉਹਦੀਆਂ ਫੋਟੋਆਂ ਨੇ ਮੂਵੀਆਂ ਨੇ ਜੋ ਮੈਂ ਮੀਡੀਆ ਨੂੰ ਵੀ ਦੇ ਚੁੱਕਾ ਪੁਲਿਸ ਨੂੰ ਵੀ ਦੇ ਚੁੱਕਾ ਵਾਂ ਪਰ ਉਹਨਾਂ ਦੇ ਪਰਚੇ ਦਾ ਜ਼ਰੂਰ 317 ਹੋ ਗਿਆ ਪਰ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੁਣ ਤੱਕ ਕੀਤੀ ਪੁਲਿਸ ਨੇ। ਪਰ ਬਾਬੇ ਦਾ ਇਲਜ਼ਾਮ ਹੈ ਵੀ ਜਿਹੜਾ ਹੁਣ ਵੀ ਤੁਸੀਂ ਜਿਹੜੇ ਹੈ ਤੁਹਾਡਾ ਬੇਟਾ ਜਿਹੜਾ ਆਨਲਾਈਨ ਹੋ ਕੇ ਧਮਕੀਆਂ ਦੇ ਰਿਹਾ ਵੀ ਮੈਂ ਜਾਨੋਂ ਮਾਰ ਦੂੰਗਾ ਕੋਈ ਇਹ ਬਿਲਕੁਲ ਬਕਵਾਸ ਆ ਜੀ ਇਹ ਜਾਲੀ ਆਈਡੀਆ ਬਣਾਈ ਜਾਂਦਾ ਪਿਆ ਵਾ ਆਪ ਹੀ ਪੁਲਿਸ ਦੇ ਪ੍ਰਭਾਵ ਪਾ ਕੇ ਸਾਨੂੰ ਬਲੈਕਮੇਲ ਕਰ ਰਿਹਾ ਵਾ ਸਾਨੂੰ ਸਮਝੌਤੇ ਲਈ ਪ੍ਰੈਸ਼ਰ ਪਾ ਰਿਹਾ ਵਾ ਮੈਂ ਇਸ ਗੱਲ ਦੀ ਤੁਹਾਨੂੰ ਗਰੰਟੀ ਦਿੰਦਾ 28-6 ਲੜਾਈ ਤੋਂ ਬਾਅਦ ਜਿਹੜੀ 28-3 ਨੂੰ ਲੜਾਈ ਹੋਈ ਆ ਜਦ ਮੇਰੇ ਬੇਟੇ ਨੇ ਕਿਰਪਾਨਾਂ ਮਾਰੀਆਂ ਨੇ ਉਸ ਤੋਂ ਬਾਅਦ ਮੇਰਾ ਬੇਟਾ ਕਦੀ ਵੀ ਲਾਈਵ ਹੋ ਕੇ ਕਦੀ ਕਿਸੇ ਜੈਂਟਸ ਨੂੰ ਕਦੀ ਕਿਸੇ ਬੰਦੇ ਨੂੰ ਕਿਸੇ ਲੇਡੀ ਨੂੰ ਲਾਈਵ ਹੋਇਆ ਹੋਵੇ ਜੋ ਕਹਿਣਾ ਮੈਂ ਦੇਣਾ ਮੈਂ ਆਪਣਾ ਕੇਸ ਵਾਪਸ ਲੈ ਲੂੰਗਾ ਮੈਂ ਕੋਈ ਕਾਰਵਾਈ ਨਹੀਂ ਕਰਵਾਊਂਗਾ। ਹਾਂ ਠੀਕ ਆ 28 ਤਰੀਕ ਲੜਾਈ ਤੋਂ ਪਹਿਲਾਂ ਮੇਰਾ ਬੇਟਾ ਵੀ ਲਾਈਵ ਹੋਇਆ ਉਹ ਵੀ ਲਾਈਵ ਹੋਈ ਉਸ ਤੋਂ 28 ਤਰੀਕ ਲਾਈਵ ਹੋਣ ਤੋਂ ਬਾਅਦ ਤੁਹਾਨੂੰ ਮੈਂ ਸਾਰਿਆਂ ਨੂੰ ਵਟਸਐਪਾਂ ਦਿਖਾਈਆਂ ਨੇ ਮੂਵੀਆਂ ਦਿਖਾਈਆਂ ਸ਼ਰਿਆਮ ਲੜਾਈ ਹੋਣ ਤੋਂ ਬਾਅਦ ਭੱਜੇ ਹੋਏ ਨੇ ਰੋਜ਼ ਧਮਕੀਆਂ ਦਿੰਦੇ ਨੇ ਫੋਨ 'ਤੇ ਵੀ ਤੈਨੂੰ ਅਸੀਂ ਆਹ ਕਰ ਦਾਂਗੇ ਵਾਹ ਕਰ ਦਾਂਗੇ ਅਸੀਂ ਇੱਥੇ ਲੰਘ ਰਹੇ ਹਾਂ ਅਸੀਂ ਆਹ ਲੰਘ ਰਹੇ ਹਾਂ ਮੈਂ ਕੁਛ ਇਹੋ ਜਿਹੀਆਂ ਮੂਵੀ ਵਾਲੇ ਮੇਰੇ ਕੋਲ ਜਿਹੜੀਆਂ ਲੇਡੀਜ਼ ਮੇਰੀ ਭੈਣ ਪੱਤਰਕਾਰ ਖੜੀ ਉਹਨਾਂ ਸਾਹਮਣੇ ਨਹੀਂ ਤੁਹਾਨੂੰ ਸੁਣਾ ਸਕਦਾ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢ ਕੇ ਖੁਦ ਪ੍ਰੂਵ ਕਰਦੇ ਪਏ ਨੇ ਵੀ ਹਾਂ ਅਸੀਂ ਤੈਨੂੰ ਮਾਰਿਆ ਵਾ ਔਰ ਅਸੀਂ ਤੇਰੇ 'ਤੇ ਆਹ ਕਰਨਾ ਸੀ ਵਾਹ ਕਰਨਾ ਸੀਗਾ ਮੈਂ ਸੱਤੂ ਜੀ ਨੂੰ ਹੋਰ ਪੱਤਰਕਾਰਾਂ ਨੂੰ ਵੀ ਤਕਰੀਬਨ ਸਾਰੀਆਂ ਮੂਵੀਆਂ ਭੇਜੀਆਂ ਨੇ ਅਤੇ ਆਹ ਇੱਕ ਮੂਵੀ ਮੈਂ ਤੁਹਾਨੂੰ ਲਾਈਵ ਵੀ ਸੁਣਾ ਦਿੰਦਾ ਵਾ ਜੇ ਤੁਹਾਨੂੰ ਨਹੀਂ ਹੋਵੇ ਆਹ ਹੁਣ 4-5 ਦਿਨ ਤੋਂ ਪਹਿਲਾਂ ਵੀ ਆ
वो शरेआम धमकी दे रहा भी तेनों असी मारना ही मारना, उल्टा वो साढ़े से ब्लेम लाई जाते पे ने भी असी तेनों मारना ही मारना। एस पी साहब न अपना जी, एस एस पी साहब न, डी एस पी राजन परमिंदर, एस एच ओ सिटी टू वाले नाल दी नाल जितनी मूवी आदियां ने मैं सेंड कर दिना भाई, पर इन्हें कौन तक इन्होंने नंबर भी खुले ने, असं नंबर भी पुलिस दिते ने, पर एस एच ओ कहना मेरे को टाइम नहीं किए टाइम नहीं बे करके मैं तीन महीने हो गए मैं थाने आखिरकार थाने जाना ही बंद करते, मैं एस एच ओ को कहना बंद करता। एस एच ओ को किस है? अपना विकास विकास आकाश दत्त कोल जी। डी एस पी ने अज तक नहीं मेरी केस दे विच सुनी जी, ना एक मैं बुलाया छे महीने जी, ना मैं डी एस पी कोल गया जी, ना मैं एस एस पी कोल गया वा, ना मैं किसी पोलीटिकल लीडर कोल गया भी जिहड़ियां मैं कही जांदियां, पर एक आम बंदे दी इन्नी च सुनवाई होनी मेरा भी एक जिम्मेवार बंदा ही शायद ठीक है। जिस हिसाब नाल मैनूं धमकियां हुण वी मिलदियां मेरे बेटे नूं वट्सएप ते लाइव होके बंदे, जे मेरे बेटे दा ना मेरे परिवार दा कोई जानी नुकसान आउंदा वा, इहदे विच पुलिस जिम्मेवार होगी। देखो कश्मीर गिरी ते ना पुलिस कह रही आ ना मैं कह रहा भी उत्थे सीगा जी, इह असी 120 दे विच पुलिस ने रख्या वा, इहदे असी पुलिस नूं सबूत दित्ते सी जद लड़ाई होण तों 28 जिन्नू जां लड़ाई होई आ 4:30 बजे कश्मीर गिरी खुद मेरे बेटे नूं गाला कढ रिहा, उह असी मूवी एस एस पी साहब नूं भेजी सी गंदियां गंदियां गाला कढ के बेटे नूं सैट कर रिहा, उस तों 5 मिंट बाद इहदे घरों इहदे बेटे हथियार लै के निकलदे ने, उहदियां मूवियां साडे कोल सारियां पईआं ने, असी एस एस पी साहब नूं इहदी मूवी भेजी सी उहदा आधे इत्थे बच्चा झूठा बच्चा ते पिस्तौल ही पिया जीहदे, उह वी इत्थे मैं पवाया जिहड़ियां आपणे बंदूक चलाई सीगी। हुण तुसीं मन्नोगे इहदे ते घट्टो घट कश्मीर गिरी ते ਸਮੈਕ ਦਾ ਪਰਚਾ ਇਹਦੇ 'ਤੇ ਆ ਜੀ, ਮੇਰੇ ਕੋਲ ਸਾਰੀਆਂ ਇਹਦੀਆਂ ਫਾਈਲਾਂ ਪਈਆਂ ਨੇ, ਆਹ ਪਈਆਂ ਨੇ ਇਹਦਾ ਭਤੀਜਾ ਸਮੈਕ ਵੇਚਦਾ 2020 ਦੇ ਜਿੱਥੇ ਪਰਚਾ ਹੋਇਆ, ਇਹਦੇ ਭਾਈ 'ਤੇ ਕੁੱਟਮਾਰ ਹੋਈ 2020 'ਚ, ਇਹਨੇ ਮੰਦਰ 'ਚ ਜਨਾਨੀ ਕੁੱਟੀ, 326 ਦਾ ਪਰਚਾ ਇੱਥੇ ਜੀ, ਘੱਟੋ ਘੱਟ 11 ਪਰਚੇ ਬਾਬੇ ਦੇ ਭਤੀਜੇ ਦੇ ਕ੍ਰਿਮੀਨਲ ਪਰਚੇ ਨੇ ਜੀ ਇੱਥੇ, ਇਹਦਾ ਬਿਜ਼ਨਸ ਹੈ ਸ਼ਿਵ ਸੈਨਾ ਦੀ ਆੜ ਦੇ ਵਿੱਚ, ਇਹ ਇਹੀ ਕੰਮ ਕਰਦਾ। ਹਾਂ ਜਿਹੜੇ ਅਵਤਾਰ ਮੌਰੀਆ ਆਪਣਾ ਨੂੰ ਸ਼ਿਵ ਸੈਨਾ ਦਾ ਲੀਡਰ ਕਹਿੰਦਾ ਵਾ, ਪਹਿਲੀ ਤਾਂ ਗੱਲ ਹੈ ਸ਼ਿਵ ਸੈਨਾ ਦੇ ਲੀਡਰ ਦੀ ਆੜ ਦੇ ਵਿੱਚ ਇਹ ਰਿਆਇਤ ਦੇ ਕਰਦੇ ਪਏ ਨੇ, ਦੋਹੇ ਲੜੇ ਦੋਹੇ ਬਲੈਕਮੇਲਿੰਗਾਂ ਕਰਦੇ ਨੇ, ਬਾਬੇ ਦਾ ਇੱਕ ਨੰਬਰ ਦਾ ਕਰਪਟ ਬੰਦਾ ਜੀ ਇਹ ਕਸ਼ਮੀਰ ਆਪਣਾ ਜਿਹੜਾ ਮੋਰਿਆ ਵਾ, ਮੋਰੇ ਦੇ ਭਾਈ ਦੇ 2020 ਦੇ ਵਿੱਚ ਫੀਸ ਦਾ ਪਰਚਾ ਪਿਆ, ਇਹ ਬਚ ਗਿਆ ਇਹ ਬਚ ਗਿਆ, ਇਹਦੇ ਭਾਈ 'ਤੇ ਪਿਆ ਲਾਈਵ ਪਰਚਾ 20,000 ਬਣ ਗਈ, ਆਹ ਮੇਰੇ ਕੋਲ ਪਰਚੇ ਦੀ ਕਾਪੀ ਪਈ ਆ ਜੀ, 2020 ਦੇ ਭਾਈ 'ਤੇ ਫੀਸ ਦਾ ਪਰਚਾ ਪਿਆ ਹੋਇਆ, ਇਹ ਆਪ ਸਾਰੇ ਗੋਰੇ ਧੰਦੇ ਕਰਦੇ ਨੇ, ਉਲਟਾ ਮੇਰੇ ਬਾਰੇ ਕਹਿੰਦੇ ਆ, ਮੈਨੂੰ ਸਾਰੀ ਮੀਡੀਆ ਵੀ ਜਾਣਦੀ ਆ, ਸਾਰੀ ਪੁਲਿਸ ਵੀ ਜਾਣਦੀ ਆ, ਮੈਂ ਅੱਜ ਤੱਕ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਆਪਣੇ ਦਫ਼ਤਰ 'ਚੋਂ ਲੈਂਦਾ ਵਾ, ਕੋਈ ਮੇਰੇ 'ਤੇ ਇਹੋ ਜਿਹਾ ਕ੍ਰਿਮੀਨਲ ਪਰਚਾ ਨਹੀਂ ਹੈਗਾ, ਨਾ ਮੇਰੇ ਕਿਸੇ ਬੇਟੇ 'ਤੇ ਆ। ਪ੍ਰਸ਼ਾਸਨ ਤੋਂ ਮੈਂ ਇਹੀ ਕਹਿੰਦਾ ਵੀ ਜੇ ਤਾਂ ਜਲਦੀਓ ਜਲਦੀ ਕਾਰਵਾਈ ਕੀਤੀ ਜਾਵੇ, ਜਿਹੜਾ ਝੂਠੇ ਪਰਚਾ ਆਪਣੀ ਕੋਲੋਂ ਹੀ ਜਿਹੜੀਆਂ ਬਣਾ ਲੈਂਦਾ, ਉਹ ਵੀ ਚੈਟਾਂ ਬਣਾ ਕੇ ਆਪ ਹੀ ਕਰਕੇ ਆਪ ਹੀ ਆਈ ਡੀ ਬਣਾ ਕੇ ਮੇਰੇ ਬੇਟੇ ਨੂੰ ਬਦਨਾਮ ਕਰਨ ਲੱਗਿਆ ਹੋਇਆ ਵਾ, ਜਦਕਿ ਉਹਦੇ ਕੋਲ ਹੈ ਨਹੀਂ। ਮੈਂ ਮੀਡੀਆ ਨੂੰ ਵੀ ਸਾਰੀਆਂ ਘੱਟੋ ਘੱਟ 40 ਮੂਵੀਆਂ ਦੀਆਂ ਦਿਖਾਈਆਂ ਨੇ ਲੜਾਈ ਤੋਂ ਬਾਅਦ ਦੀਆਂ, ਜਿਹੜੀਆਂ ਰੋਜ਼ ਰਾਤ ਨੂੰ ਦਾਰੂ ਪੀ ਕੇ ਮੇਰੇ ਬੇਟੇ ਨੂੰ ਧਮਕੀਆਂ ਦਿੰਦੇ ਨੇ, ਇੱਥੇ ਕੋਈ ਅਪਸ਼ਬਦ ਬੋਲ ਦੇਣੇ ਵੀ ਤੈਨੂੰ ਅਸੀਂ ਹਿਜਲਾ ਬਣਾ ਦਾਂਗੇ, ਆਹ ਕਰ ਦਾਂਗੇ, ਆਹ ਕਰਨਾ ਵਾਹ ਕਰਨਾ, ਮੈਂ ਕਹਿੰਦਾ ਮੈਂ ਇਹੋ ਜਿਹਾ ਅਪਸ਼ਬਦ ਬੋਲ ਨਹੀਂ ਸਕਦਾ। ਜਿਹੜੀ ਲੇਡੀਜ਼ ਮੈਂ ਮੈਨੂੰ ਵਾਰ ਵਾਰ ਕਹਿੰਦਾ, ਜਿਹੜੀ ਲੇਡੀਜ਼ ਮੇਰੇ ਬੇਟੇ ਦੇ ਬਲੇਮ ਲਾ ਰਹੀ ਆ, ਇਹ ਜਿਹੜੀ 28 ਦੀ ਲੜਾਈ 20 ਦਿਨ ਪਹਿਲਾਂ ਲੜਾਈ ਹੋਈ ਸੀਗੀ, ਉਹ ਲੜਾਈ ਦੇ ਵਿੱਚ ਉਹਦੇ ਘਰ ਵਾਲੇ ਅਤੇ ਉਹਦੇ ਜੇਠ ਨੇ ਮੇਰੇ ਬੇਟੇ ਦੇ ਕਿਰਪਾਨ ਮਾਰੀ ਸੀ, ਮੇਰਾ ਬੇਟਾ ਰਸਤਾ ਪਿਆ ਉਹਦੇ ਵਿੱਚ, ਇਹਨਾਂ ਨੇ ਲਾਈਵ ਹੋ ਕੇ ਮੇਰੇ ਬੇਟੇ ਨੂੰ ਹਫ਼ਤਾ 'ਚ ਗਾਲਾਂ ਕੱਢੀਆਂ ਸੀ, ਉਸ ਤੋਂ ਦੁਖੀ ਹੋ ਕੇ ਹੌਸਲਾ ਮੇਰਾ ਬੇਟਾ ਲਾਈਵ ਹੋ ਕੇ ਇਹਨਾਂ ਨੂੰ ਬੋਲਿਆ ਹੋਵੇ। ਉਹ ਡੀ ਐਸ ਪੀ ਦੇ ਵੀ ਇਨਕੁਆਇਰੀ ਚੱਲਦੀ ਆ ਜੀ, ਮੈਡਮ ਬਾਜਵਾ ਦੇ ਕੋਲ ਉੱਥੇ ਵੀ ਸਾਡੇ ਬਿਆਨ ਹੋਏ ਨੇ, ਉਹੀ ਇੱਕ ਕਾਪੀ ਨੂੰ ਲੈ ਕੇ ਇਹ ਵਾਰ ਵਾਰ ਦਹਰਾਈ ਜਾਂਦਾ ਜੀ, ਮੈਨੂੰ ਆਹ ਬੋਲਿਆ ਮੈਨੂੰ ਆਹ ਬੋਲਿਆ। ਜਦ ਇੱਕ ਹੋਰ ਚੀਜ਼ ਆ, ਇੱਕ ਵਾਰ ਮੈਂ ਉਹਨੂੰ ਲਾਈਵ ਹੋ ਕੇ ਬੋਲਿਆ ਸੀ, ਉਹਦਾ ਬੇਟਾ ਮੇਰੇ ਬਾਰੇ ਵੀ ਬੋਲਿਆ ਸੀ। ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਹਾਂ, ਜੋ ਲਗਭਗ ਪਿਛਲੇ 6 ਮਹੀਨੇ ਪਹਿਲਾਂ ਖੰਨੇ ਸ਼ਹਿਰ ਦੇ ਵਿੱਚ ਇਹ ਗੁੰਡਾਗਰਦੀ ਹੋਈ ਹੈ, ਹੁਣ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ, ਜਿਹਦੇ ਵਿੱਚ ਸਿੱਧੇ ਸਿੱਧੇ ਇਹ ਲੱਗਦਾ ਕਿ ਪੁਲਿਸ ਦੀ ਕਿਤੇ ਨਾ ਕਿਤੇ ਮਿਲੀ ਭੁਗਤ ਹੈਗੀ ਬਾਬਾ ਕਸ਼ਮੀਰੀ ਦੀ ਨਾਲ। ਅਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਇਹਨਾਂ ਨੂੰ ਇਨਸਾਫ਼ ਮਿਲੇ, ਜੇਕਰ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਜਿਹੜੀ ਸਾਡੀ ਯੂਨੀਅਨ ਆ ਪੰਜਾਬ ਲੈਵਲ ਦੀ ਵੀ ਪ੍ਰਧਾਨ ਜੀ ਨਾਲ ਬਰਾਬਰ ਖੜੂਗੀ, ਇਸ ਲਈ ਅਸੀਂ ਇਹਨਾਂ ਨੂੰ ਇਹੀ ਭਰੋਸਾ ਦਵਾਉਂਦੇ ਹਾਂ ਅਤੇ ਇਹ ਕਿਸੇ ਗੱਲੋਂ ਅਸੀਂ ਇਹਨਾਂ ਦੇ ਬਾਹਰ ਨਹੀਂ ਹੈਗੇ, ਅਸੀਂ ਹਮੇਸ਼ਾ ਇਹਨਾਂ ਨਾਲ ਖੜੇ ਹਾਂ, ਖੜੇ ਰਹਾਂਗੇ। ਧੰਨਵਾਦ। ਖੰਨਾ ਸ਼ਹਿਰ ਦੇ ਵਿੱਚ ਕਾਲਾ ਰਾਜ ਆ ਚੁੱਕਿਆ ਕਿ ਕੋਈ ਵੀ ਐਪਲੀਕੇਸ਼ਨ ਕੋਈ ਕਿਸੇ ਨੂੰ ਮਾਰ ਜਾਣਾ ਮਾਰਨੀਆਂ ਧਮਕੀਆਂ ਦੇਵੇ ਜਾਂ ਫੇਸਬੁੱਕ 'ਚ ਕਮੈਂਟ ਪਾਵੇ ਉਹਨੂੰ ਕੋਈ ਵੀ ਇਨਸਾਫ ਨਹੀਂ ਮਿਲਦਾ। ਮੈਂ 8 ਦਿਨ ਤੋਂ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਰਿਹਾ, ਉਹਦੇ ਵਿੱਚ ਸ਼ਰੇਆਮ ਮਾਰ ਦੇਣ ਦੀਆਂ ਧਮਕੀਆਂ, ਦੇਖੋ ਮੇਰੇ ਬੇਟੇ ਦਾ ਕਤਲ ਕਰਨ ਦੀ ਸਿੱਧੀ ਲਿਖੀ ਪਈ ਆ, ਆਹ ਦਰਖਾਸਤ ਦਿੱਤੀ ਆ। ਅਗਲੀ ਦੇਖੋ ਫੇਸਬੁੱਕ 'ਚ ਸ਼ਰੇਆਮ ਕਤਲ ਕਰਨ ਦੀਆਂ ਗੱਲਾਂ ਅਤੇ ਲੋਰੈਂਸ ਬਿਸ਼ਨੋਈ ਤੋਂ ਧਮਕੀਆਂ ਵਗੈਰਾ ਵੀ ਦਵਾਈਆਂ ਗਈਆਂ। ਪ੍ਰਸ਼ਾਸਨ ਨੂੰ ਦਰਖਾਸਤਾਂ ਦਈ ਜਾਂਦੇ ਹਾਂ, ਪ੍ਰਸ਼ਾਸਨ ਕੂੜੇ ਵਿੱਚ ਸਿੱਟੀ ਜਾਂਦਾ।
एको ही गल है कि सानू या तो हुण प्रशासन दे हत्थों मरना पएगा। असी थोड़े जे दिन विच देखो आई जी साहब ने डी जी पी साहब ने लिख के भेजा कि इहदे ते कार्रवाई की जाए, पर यह सारिया रद्दी कूड़े विच सिटिया हुई ने। इहदे च सारे सबूत है कि साडे डेरे दे आले दुआले और सानू मार देण दी साजिशां कीतियां जा रही, फेसबुक च कमेंट किए जा रहे हैं। कुछ दिन बाद जो मैं मामला हाई कोर्ट दे विच लैके जा रहा हैं, ऐसे मेरे को सबूत है कि सानू धक्के नाल परचियां दे विच शामिल किया गया, साडे ते असले पवाए गए और मेरे बच्चियां दे खिलाफ जो रणनीति पुलिस नूं गुमराह करके की गई, FIR चोट कराई गई, इहदे साडे कोल सबूत है। असीं मानयोग हाई कोर्ट दे विच पाउण जा रहे हैं, शायद साडे इक अद्धे दिन दे विच विच लग जाए हाई कोर्ट। उस तो बाद सारी मीडिया नूं शहर का पूरा खुलासा किया जाएगा कि शहर दे विच की हो रहा है, किवें असले चल रहे ने, किवें इत्थे गुंडागर्दी चल रही है, किवें लोकां नूं इंसाफ नहीं मिलता। यह पूरी हाई कोर्ट तो बाद ही ते थोनों एक होर दस दवा, बुधवार को असी जेकर लोगों के परचे ना दर्ज हो, बुधवार असी मरण वक्त से SSP साहब के दफ्तर के बाहर बैठन जा रहे हैं। जय श्री राम। मैं तो एक गल कहना चाहना जी, जी लेडीज ने बयान दिए हैं, तुम अगर वो बयान सुन लोगे ना जी, तुम सुन नहीं सकते। ये कहते धियां बचाओ फलाना बचाओ, तुम उन्होंने बयान सुन के देखियो कि आप सुन नहीं सकते। जिस जी दूसरी पार्टी उन्हें इन्ने के गंदे बयान दिए हैं, लेकिन वो वीडियो भी सुनाई गई, रिकॉर्डिंग भी सुनाई गई, कोई कन्ना ते जू नहीं, क्योंकि दूसरे पासे लीडर की सपोर्ट है।